ਸਾਡਾ ਔਰ ਜਿਹੜੀ ਤੁਹਾਡੀ ਯੂਨੀਅਨ ਹੈ ਜੀ ਪ੍ਰੀ ਪੇਡ ਟੈਕਸੀ ਯੂਨੀਅਨ ਉਹਦੇ ਵਿੱਚ ਕੀ ਮਾਮਲਾ ਚੱਲ ਰਿਹਾ ਜੀ ਸਾਡਾ ਮਾਮਲਾ ਜੀ ਮੇਰਾ ਨਾਮ ਹੈਗਾ ਜੀ ਦੁੱਗਾ ਸਿੰਘ ਠੀਕ ਹੈ ਜੀ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਪ੍ਰੀ ਪੇਡ ਟੈਕਸੀ ਸਟੈਂਡ ਐਸੋਸੀਏਸ਼ਨ ਜੋ ਸਾਡੀ ਹੈਗੀ ਹੈ ਸੰਸਥਾ ਠੀਕ ਹੈ ਜੀ ਉਹਨੂੰ ਅਸੀਂ 7 ਮੈਂਬਰ ਆਪਣੀ ਐਸੋਸੀਏਸ਼ਨ ਦੇ ਠੀਕ ਹੈ ਜੀ ਅਤੇ ਸੱਤਾਂ ਦੇ ਨਾਂ 'ਤੇ ਸਾਡੇ ਜਿੱਦਾਂ ਸ਼ੁਰੂ ਮੀਟਿੰਗ ਅਤੇ ਬੱਚੀ ਸਾਡੀ ਹੈ ਜਿਹਦੇ ਮੇਰੇ 7 ਮੈਂਬਰ ਸਰ ਉਹਦੇ ਵਿੱਚ ਤੁਹਾਡੇ ਹੀ ਕੁਛ 40 ਸਾਲ ਤੋਂ ਕਿਤੇ ਤੇ ਕੰਮ ਕਰਦੇ ਆ ਰਹੇ ਤਾਂ ਸਾਨੂੰ ਯੂਨਿਟ ਬਾਹਰ ਕੱਢ ਦਿੱਤਾ ਗਿਆ ਬਿਲਕੁਲ ਜਦੋਂ ਵੈਨਾਂ ਦਾ ਦੌਰ ਸੀਗਾ ਜੀ ਇੱਕ ਮਹੀਨਾ ਉਹਨੇ ਸਾਡੇ ਸਟੈਂਡ 'ਤੇ ਵੈਨ ਚਲਾਈ ਸੀ ਠੀਕ ਹੈ ਜੀ ਉਸ ਤੋਂ ਬਾਅਦ ਯੂਨੀਅਨ ਫੰਡ ਦੀ ਗੱਲ ਚੱਲੀ ਮੇਰਾ ਤਾਂ ਯੂਨੀਅਨ ਫੰਡ ਵੀ ਕੋਈ ਜ਼ਿਆਦਾ ਨਹੀਂ ਮੈਂ ਤੋਂ 3 ਨਹੀਂ ਦੇ 4000 ਹੀ ਉਹਨਾਂ ਦਿਨਾਂ ਦੇ ਵਿੱਚ ਅਤੇ ਯੂਨੀਅਨ ਫੰਡ ਦੇਣ ਦਾ ਮਾਰਾ ਇਹ ਆਪਣੀ ਗੱਡੀ ਐਸੋਸੀਏਸ਼ਨ 'ਚੋਂ ਵੱਟ ਕੇ ਬਾਹਰ ਚਲਾ ਗਿਆ ਠੀਕ ਹੈ ਜੀ ਇਹਨੇ ਫੰਡ ਨਹੀਂ ਦਿੱਤਾ ਇਹ ਸਾਡੀ ਯੂਨੀਅਨ ਐਸੋਸੀਏਸ਼ਨ ਤੋਂ ਬਾਹਰ ਗਿਆ ਸਰ ਉਹਨੇ ਕੰਪਲੇਂਟ ਦਿੱਤੀ ਹੈ ਕਿ ਇਹਨਾਂ ਨੇ ਕਾਫੀ ਮੁੰਡਿਆਂ ਨੂੰ ਬਿਲਕੁਲ ਉਹ ਨਹੀਂ ਜੀ ਉਹ ਇਸ ਚੀਜ਼ ਦਾ ਮੈਟਰ ਨਹੀਂ ਹੈਗਾ ਇਹ ਆਟੋ ਵਾਲੇ ਆਊਟਸਾਈਡਰ ਬੰਦੇ ਆ ਠੀਕ ਹੈ ਜੀ ਉਹ ਬਾਹਰੋਂ ਆ ਕੇ ਸਾਡੀ ਮਤਲਬ ਸਾਡੇ ਆਪਣਾ ਲਾਂਚ ਕਰਦੇ ਆ ਸਾਨੂੰ ਸਾਡੇ ਚਾਰ ਸਟੈਂਡ ਆ ਓਲਾ ਉਬਰ WTI ਔਰ ਸਾਡਾ ਠੀਕ ਹੈ ਜੀ ਇਹਨਾਂ ਦੇ ਕੋਲ ਇਹਨਾਂ ਨੂੰ ਪੁੱਛੋ ਤੁਹਾਡੇ ਕੋਲ ਕੋਈ ਆਟੋ ਦੇ ਅੰਦਰ ਪਰਮਿਸ਼ਨ ਹੈ ਜਿਹੜੀਆਂ ਆਊਟਸਾਈਡਰ ਘਰ ਦੇ 10-15 ਗੱਡੀਆਂ ਮਤਲਬ ਲਿਆ ਕੇ ਏਅਰਪੋਰਟ ਦੇ ਅੰਦਰ ਖਿਲਾਰ ਦੇਗੇ ਉਹਦੀ ਅਸੀਂ ਔਨਲਾਈਨ ਬੰਦਾ ਰਿਕਾਰਡ ਜਿਹੜੀ ਆ ਉਹ ਆਪਣਾ ਕੰਪਲੇਂਟ ਪਾਈ ਆ ਥਾਣੇ 'ਚ ਵੀ ਪਾਈ ਆ ਏਪੀਡੀ ਸਰ ਤੋਂ ਪਾਈ ਆ ਪਰਚੇ ਡਿਪਾਰਟਮੈਂਟ 'ਚ ਕੀ ਕਹਿਣਾ ਚਾਹੋਗੇ ਜੀ ਜਿਸ ਤਰ੍ਹਾਂ ਦਾਅਵਾ ਕਰਦੇ ਨੇ ਕਿੱਦਾਂ ਸਾਨੂੰ ਕੋਈ ਪਰੂਫ ਲਿਆ ਕੇ ਦੇ ਦਿੰਦੇ ਸਾਨੂੰ ਦੱਸਣ ਜੀ ਆਹ ਸਭ ਮੇਰੀ ਐਸੋਸੀਏਸ਼ਨ ਖਲੋਤੀ ਆ ਆਹ ਸਾਰੇ ਮੇਰੇ ਬੰਦੇ ਆ ਮੇਰੇ ਨਾਲ ਗੱਡੀਆਂ ਚਲਾਉਂਦੇ ਆ ਜੇ ਇਹਨਾਂ ਨੂੰ ਕੋਈ ਤੰਗੀ ਹੈ ਤਾਂ ਪੁੱਛ ਲਓ ਇਹਨਾਂ ਨੂੰ ਸਰ ਕਿੰਨੇ ਸਾਲ ਦਾ ਆਪਣਾ ਟੈਂਡਰ ਹੈ ਹਾਂਜੀ ਕਿੰਨੇ ਸਾਲ ਦਾ ਟੈਂਡਰ ਹੈ ਆਪਣਾ ਕਿੰਨੇ ਸਾਡਾ ਟੈਂਡਰ ਹੋਇਆ ਸੀ ਜੀ ਅੱਜ ਤੋਂ ਪਿਛਲੇ 3 ਸਾਲ ਪਿਛਲਾ ਤੇ ਹੁਣ ਸਾਡਾ ਹੋਇਆ ਫਿਰ ਆਪਣਾ ਅਕਤੂਬਰ ਨਵੰਬਰ ਦੇ ਵਿੱਚ ਹੋਇਆ ਉਸ ਵਿੱਚ ਵੀ ਕਿ ਇਦਾਂ ਦਾ ਕੋਈ ਹੋਇਆ ਆਪਣਾ ਮਾਮਲਾ ਕੋਈ ਸਾਹਮਣੇ ਆ ਬਿਲਕੁਲ ਨਹੀਂ ਜੀ ਅੱਜ ਤੱਕ ਨਹੀਂ ਕੋਈ ਇਦਾਂ ਦੀ ਗੱਲਬਾਤ ਪਹਿਲਾਂ ਹੀ ਸੀ ਤੁਹਾਡਾ ਹਾਂਜੀ ਪਹਿਲੀ ਵਾਰੀ ਹੋਇਆ ਇਸ ਤਰ੍ਹਾਂ ਕਹਿੰਦੇ ਕਿ ਸਾਡੀ ਇੱਕ ਗੱਡੀ ਤੁਸੀਂ ਲਗਵਾ ਦਿਓ ਅੰਦਰ ਸਾਡੇ ਮੁੰਡੇ ਦੀ ਜਿਹੜੀ ਨਵੀਂ ਨਹੀਂ ਇਦਾਂ ਤਾਂ ਵੇਖੋ ਜੀ ਸਾਰਾ ਅੰਮ੍ਰਿਤਸਰ ਤੁਰਿਆ ਫਿਰਦਾ ਇਹਦਾ ਮਤਲਬ ਇਹ ਸਾਰਾ ਏਅਰਪੋਰਟ 'ਤੇ ਲੈ ਆਵਾਂਗੇ ਕਿੱਦਾਂ ਲਪਾ ਲਾਂਗੇ ਓਲਾ ਉਬਰ 'ਚ ਚੱਲਦੀਆਂ ਸਾਰੀ ਚੱਲਦੀਆਂ ਸੀ ਕਿੱਦਾਂ ਕਿਸੇ ਦੀ ਗੱਡੀ ਇੱਥੇ ਲਪਾ ਲਾਂਗੇ ਠੀਕ ਹੈ ਜੀ ਧੰਨਵਾਦ ਨਾ ਜੇ ਤੁਹਾਡਾ ਤੇ ਕਿੱਥੋਂ ਦੇ ਵਸਨੀਕ ਜਿਹੜੇ ਕਿਹੜੀ ਜਿਹੜਾ ਮਸਲਾ ਚੱਲ ਰਿਹਾ ਕਿਹੜੀ ਜਗ੍ਹਾ ਰਾਜ ਸਰ ਮੇਰਾ ਨਾਮ ਸੰਦੀਪ ਕੁਮਾਰ ਹੈ ਜੀ ਮੈਂ ਪਿੰਡ ਹੇੜ ਦਾ ਰਹਿਣ ਵਾਲਾ ਹਾਂ ਅਤੇ ਮੈਂ ਏਅਰਪੋਰਟ ਦੇ ਆਟੋ ਰਿਕਸ਼ਾ ਯੂਨੀਅਨ ਦਾ ਪ੍ਰਧਾਨ ਹਾਂਜੀ ਹਾਂਜੀ ਮੁੱਦਾ ਇਹ ਆ ਜੀ ਸਰ ਕਿ ਜੋ ਪ੍ਰੀ ਪੇਡ ਟੈਕਸੀ ਸਟੈਂਡ ਦੇ ਆ ਪ੍ਰਧਾਨ ਜੀ ਜੋਗਾ ਸਿੰਘ ਸਾਨੂੰ ਦਿਦਾਰ ਸਿੰਘ ਅਤੇ ਹਰਪ੍ਰੀਤ ਸਿੰਘ ਅਤੇ ਸਾਨੂੰ ਉਹ ਆਪਣਾ ਹੈਗਾ ਜੀ ਵੱਲੋਂ ਇਹਨਾਂ ਦੇ ਸੰਬੰਧੀ ਮਤਲਬ ਕਿ ਸਾਨੂੰ ਬਦਮਾਸ਼ੀ ਨਾਲ ਜੱਗੂ ਭਗਵਾਨਪੁਰੀ ਦੀਆਂ ਧਮਕੀਆਂ ਲਾਉਂਦੇ ਆ ਜੀ ਠੀਕ ਹੈ ਜੀ ਕਾਫੀ ਟਾਈਮ ਤੋਂ ਅਸੀਂ ਸਾਡੇ ਨਾਲ ਰੰਜਿਸ਼ਬਾਜ਼ੀ ਰੱਖਦੇ ਹਾਂ ਮੁੱਦਾ ਇਹ ਆ ਕਿ ਆਹ ਜਵਾਹਰ ਲਾਲ ਹੈ ਜੀ ਇਹ ਟੈਕਸੀ ਯੂਨੀਅਨ ਦੇ 40 ਸਾਲ ਪੁਰਾਣੇ ਮੈਂਬਰ ਹਨ ਅਤੇ ਆਟੋ ਯੂਨੀਅਨ ਦੇ ਵੀ ਮੈਂਬਰ ਹਨ ਪਰ ਇਹ ਆ ਕਿ ਉਹ ਪ੍ਰਧਾਨ ਜੀ ਕਹਿੰਦੇ ਆ ਕਿ ਅਸੀਂ ਇਹ ਜਵਾਹਰ ਲਾਲ ਦੀ ਗੱਡੀ ਏਅਰਪੋਰਟ 'ਤੇ ਨਹੀਂ ਪਹੁੰਚਦੇ ਨੇ ਧੱਕੇਸ਼ਾਹੀ ਕਰਦੇ ਆ 14 ਤਰੀਕ ਨੂੰ ਅਸੀਂ SHO ਸਾਹਿਬ ਨੂੰ ਅਸੀਂ ਦਰਖਾਸਤ ਦਿੰਦੇ ਹਾਂ ਜੀ SHO ਸਾਹਿਬ ਸਾਡੀ ਪੂਰੀ ਸੁਣਵਾਈ ਕਰਦੇ ਆ ਕਹਿੰਦੇ ਤੁਹਾਨੂੰ ਇਨਸਾਫ ਮਿਲੇਗਾ 15 ਤਰੀਕ ਨੂੰ ਸਵੇਰੇ ਅਸੀਂ ਉੱਥੇ ਧਮਾਨ ਨਾਲ ਬੈਠੇ ਹੁੰਦੇ ਹਾਂ ਜੀ ਏਅਰਪੋਰਟ ਦੇ ਅਤੇ 15-20 ਜਣੇ ਆਉਂਦੇ ਆ ਸਾਡੇ ਕੋਲ ਅਤੇ ਸਾਨੂੰ ਗਾਲੀ ਗਲੋਚ ਕਰਨ ਲੱਗ ਜਾਂਦੇ ਆ ਧਮਕੀਆਂ ਦੇਣ ਲੱਗ ਜਾਂਦੇ ਆ ਕਿ ਅਸੀਂ ਜੱਗੂ ਦੇ ਬੰਦੇ ਹਾਂ ਜੀ ਅਸੀਂ ਤੁਹਾਡੇ 'ਤੇ ਉਹ ਕਰ ਦਾਂਗੇ ਯੇ ਕਰ ਦਾਂਗੇ ਤੁਹਾਨੂੰ ਸਾਨੂੰ ਜਾਨੋਂ ਮਾਰ ਦੀਆਂ ਧਮਕੀਆਂ ਦੇ ਰਹੇ ਆ ਜੀ ਠੀਕ ਹੈ ਫਿਰ ਅਸੀਂ ਹੁਣ ਅੱਜ ਕਮਿਸ਼ਨਰ ਸਾਹਿਬ ਕੋਲ ਆਏ ਹਾਂ ਦਰਖਾਸਤ ਲੈ ਕੇ ਮੇਰੇ SC ਭਾਈਚਾਰੇ ਵੀ ਭਰਾ ਵੀ ਹੈ ਜਿਨ੍ਹਾਂ ਨੂੰ ਮਤਲਬ ਕਿਤੇ ਗਾਲੀ ਗਲੋਚ ਦਿੱਤੀ ਆ ਕੀਤੀ ਹੈ ਕਿ ਕੁੱਤੇ ਜੋੜੇ ਹੋਰ ਇਹੋ ਜਿਹੀ ਲੈਂਗੁਏਜ ਬੋਲੀ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਠੀਕ ਹੈ ਜੀ ਅਤੇ ਮੈਂ ਤਾਂ ਇਹ ਚਾਹੁੰਦਾ ਕਿ ਇਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ ਉੱਥੇ ਏਅਰਪੋਰਟ ਦੇ ਕੈਮਰੇ ਵੀ ਲੱਗੇ ਆ ਜੀ ਕੈਮਰੇ ਚੈੱਕ ਕੀਤੇ ਜਾਣ CSO ਸਰ ਨੇ ਉਹਨਾਂ ਨੇ ਸਾਡੀ ਜਾਨ ਬਚਾਈ ਆ ਜੇ CSO ਸਾਹਿਬ ਓਨ ਦੀ ਸਪੋਰਟ ਨਾ ਆਉਂਦੇ ਤਾਂ ਸਾਡੀ ਹੋ ਸਕਦਾ ਕਿ ਓਨ ਦੀ ਸਪੋਰਟ ਸਾਡੀ ਕਿਸੇ ਤੱਕ ਇਹ ਮੈਂਬਰ ਦੀ ਜਾਨ ਵੀ ਜਾ ਸਕਦੀ ਹੈ ਠੀਕ ਹੈ ਸਾਨੂੰ ਇਹਨਾਂ ਤੋਂ ਖਤਰਾ ਵਾ ਯੂਨੀਅਨ ਕੋਲੋਂ ਪ੍ਰਧਾਨ ਕੋਲੋਂ ਕਿ ਸਾਡੇ ਕਿਸੇ ਵੀ ਕੋਈ ਜਾਨ ਮਾਲ ਦਾ ਕੋਈ ਨੁਕਸਾਨ ਹੋਵੇ ਤਾਂ ਇਹਨਾਂ ਦੇ ਬਣਦੀ CP ਸਾਹਿਬ ਨੂੰ ਰਿਕੁਐਸਟ ਕਰਦੇ ਹਾਂ ਕਿ ਇਹਨਾਂ ਦੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਸਾਡੇ ਕੋਈ ਮੈਂਬਰ ਦਾ ਕੋਈ ਨੁਕਸਾਨ ਨਾ ਹੋ ਸਕੇ ਇਸ ਵਾਸਤੇ ਤੁਸੀਂ ਏਅਰਪੋਰਟ ਦੇ ਅਥਾਰਟੀ ਨਾਲ ਗੱਲਬਾਤ ਕੀਤੀ ਹੈ ਜਿਹੜੇ ਸਰ ਨਹੀਂ ਹਾਲੇ ਆਪਾਂ ਫਿਲਹਾਲ ਏਅਰਪੋਰਟ ਅਥਾਰਟੀ ਨਾਲ ਗੱਲ ਨਹੀਂ ਕੀਤੀ ਅਸੀਂ ਤਾਂ ਸਿਰਫ ਇਹਨਾਂ ਦੀ ਕਿਉਂਕਿ 2 ਮਹੀਨੇ ਪਹਿਲਾਂ ਇਹ ਗੱਡੀ ਲਿਖੀ ਇਹਨਾਂ ਦੀ ਖੁਦ ਪ੍ਰਧਾਨ ਸਾਹਿਬ ਨੇ ਲਿਖੀ ਹੈ ਠੀਕ ਹੈ ਜੀ 2 ਮਹੀਨੇ ਗੱਡੀ ਚੱਲੀ ਹੈ 2 ਮਹੀਨੇ ਤੋਂ ਬਾਅਦ ਪਤਾ ਨਹੀਂ ਇਹਨਾਂ ਦੇ ਆਪਸ ਵਿੱਚ 2-4 ਮੈਂਬਰ ਸ਼ਰਾਰਤੀ ਅਨਸਰ ਹੈਗੇ ਆ ਇੱਕ ਹਰਪ੍ਰੀਤ ਸਿੰਘ
वो अजकल काफ़ी डोन बने हुए जी धमकियां दे रहा तो आप गड्डी नहीं लिखनी अं भी एस एच ओ साहब को गए। एस एच ओ साहब ने कहा कि चलो कोई नहीं 14 तरीक आप दरखास्त देंगे बाई हैंड। उन्होंने कहा कि कोई नहीं आप इन्हों की सुनवाई करते हैं तुम कमिश्नर साहब ना जाओ। अं 14 तरीक न कमिश्नर साहब ने चिट्ठी नहीं दी फिर अं 15 फिर बाई पोस्ट स्पीड पोस्ट की है जी ठीक है 15 तरीक हाले आप एस एच ओ साहब को जाना ही तो ये साढ़े को आ गए साथ मतलब कि ऑन दी स्पॉट मेरे को वीडियो भी पई है मैं तुम्हें वीडियो दिखा सकता जी ये बंदे कि धक्केशाही करते हैं। तो एक मिनट होल्ड मैं तुम्हें वीडियो दिखा रहा जी खुद आ के सानू धमकियां दे रहे हैं एक आ देखो तुम मैं वीडियो दिखा रहा आ देखो ये बंदे योजना करतूत कर रहे एयरपोर्ट के योजे काम करे तो देखो यह छवि साड़ी भी छवि खराब हो रही है इन्हों की भी हो रही है तो सू सी एस एफ साहब ना उत्थे ऑन द स्पॉट होंगे तो वो सा खतरा भी सू अपनी जान का भी खतरा है अं मंग ये करते सी पी साहब ना सख्त तो सख्त कार्रवाई की जाए जो कि इन्होंने एस सी भाईचारे भरावान गलत मिसबिहेव किया गलत बोलचाल किया इन्होंने ठीक है जी कल साढ़े से कितने कोई भी नुकसान ना हो जे कोई नुकसान होगा तो ये जिम्मेदार होंगे जोगा सिंह हरप्रीत सिंह तो इन्होंने 20-25 जे बंदे अनपछाते नाल उत्थे आए उन्होंने सानू नाम का नहीं पता जी तो वो तुम कैमरा एयरपोर्ट से चैक कर सकते जी करवा सकते जी कि ये बंदे साढ़े ना कहो जिहा व्यवहार कर रहे हैं ठीक है।